ਕਿ ਉਹਨੇ ਮੌਜੂਦਾ ਸਰਕਾਰ ਦਾ ਇੱਕ MLA ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਦੀਆਂ ਧੱਜੀਆਂ ਉਡਾ ਰਿਹਾ ਸੀ ਬਾਬੇ ਬਕਾਲੇ ਦਾ, ਉਹਨੂੰ ਘੇਰਿਆ ਤੇ ਮੈਂ ਕੱਲ ਦਾ ਸ਼ਿਕਾਇਤਾਂ ਕਰ ਰਿਹਾ, ਲੇਕਿਨ ਕਿਸੇ ਦੇ ਕੰਨ ਤੇ ਜੂ ਨਹੀਂ ਸਰਕ ਰਹੀ। ਸਰਕਾਰ ਦੇ ਸਾਰੇ ਮੰਤਰੀ ਔਰ ਸਾਰੇ MLA ਸਾਹਿਬਾਨ ਜਲੰਧਰ ਦੇ ਉੱਥੇ ਵਾਰਡਸ ਦੇ ਵਿੱਚ ਬੈਠੇ ਆ ਤੇ ਘੁੰਮ ਰਹੇ ਆ, ਤੇ ਜਦੋਂ ਕੋਈ ਅਸੀਂ ਸ਼ਿਕਾਇਤ ਕਰਦੇ ਹਾਂ ਤਾਂ ਸ਼ਿਕਾਇਤ ਤੇ ਕੋਈ ਇਹਨਾਂ ਦਾ ਰਿਟਰਨਿੰਗ ਆਫਿਸਰ ਤੇ ਕੋਈ ਵਿਅਕਤੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਹੈਗਾ ਉਹ ਆਪਦਾ ਅਸਰ ਨਹੀਂ ਦਿਖਾਉਂਦਾ। ਪਰ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਜਲੰਧਰ ਤੋਂ ਬਾਹਰ ਚਲੇ ਜਾਓ, ਅਸੀਂ ਜਲੰਧਰ ਤੋਂ ਬਾਹਰ ਬੈਠੇ ਹਾਂ। ਸੋ ਮੇਰੇ ਕਹਿਣ ਦਾ ਮਤਲਬ ਅੱਜ ਫੜ ਲਿਆ ਜਿਪਸੀਆਂ ਦੇ ਨਾਲ, ਗਨਮੈਨਾਂ ਦੇ ਨਾਲ, ਜਿਹੜਾ ਕਿ ਕੋਈ ਵੀ ਬਾਹਰਲਾ ਵਿਅਕਤੀ ਉੱਥੇ ਘੁੰਮ ਨਹੀਂ ਸਕਦਾ, ਅਤੇ ਉਹਨੂੰ ਉੱਥੇ ਘੇਰ ਲਿਆ ਜਲੰਧਰ ਦੇ ਜਿਹੜਾ MLA ਸੀਗਾ ਬਾਬੇ ਬਕਾਲੇ ਦਾ। ਸੋ ਹੁਣ ਮੇਰੀ ਇਹ ਬੇਨਤੀ ਹੈ, ਜੇ ਕਿਸੇ ਪ੍ਰਕਾਰ ਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੈਂ ਅਤੇ ਸਾਰੇ ਲੀਡਰਸ਼ਿਪ ਇਕੱਠੇ ਹੋ ਰਹੇ ਹਾਂ ਅਤੇ ਰਾਏ ਕਰਕੇ ਤੁਹਾਨੂੰ ਅਸੀਂ ਸੁਨੇਹਾ ਦੇਵਾਂਗੇ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਆ ਸਾਰੇ ਕਾਂਗਰਸੀ ਭਰਾ, ਅਤੇ ਫਿਰ ਤੁਸੀਂ ਸਾਰਿਆਂ ਨੇ ਜਲੰਧਰ ਵੱਲ ਕੂਚ ਕਰ ਲੈਣਾ, ਫਿਰ ਅਸੀਂ ਵੀ ਜਾ ਕੇ ਉੱਥੇ ਡਟ ਕੇ ਲੜਾਈ ਲੜਾਂਗੇ। ਜੇ ਪ੍ਰਸ਼ਾਸਨ ਦੇ ਬਾਹਰ ਧਰਨਾ ਲਾਉਣਾ ਪਿਆ, RO ਦੇ ਬਾਹਰ ਧਰਨਾ ਲਾਉਣਾ ਪਿਆ, ਅਤੇ DC ਦੇ ਬਾਹਰ ਜਾਂ ਕਮਿਸ਼ਨਰ ਦੇ ਬਾਹਰ ਜਾਂ DIG ਦੇ ਬਾਹਰ, SSP ਦੇ ਬਾਹਰ ਧਰਨਾ ਲਾਉਣਾ ਪਿਆ, ਆਪਾਂ ਹੋਰ ਅੱਧੇ ਪੌਣੇ ਘੰਟੇ ਦੇ ਵਿੱਚ ਫੈਸਲਾ ਕਰਾਂਗੇ ਇਸ ਗੱਲ ਦਾ, ਕਿਉਂਕਿ ਇਹਨਾਂ ਦੇ ਜਿਹੜੇ MLA ਹੈ ਉਹਨਾਂ ਨੂੰ ਜਿਹੜੀ ਇਹਨਾਂ ਦੀ ਪੁਲਿਸ ਹੈ ਔਰ ਮੁਲਾਜ਼ਮ ਹੈਗੇ ਆ ਉਹ ਬਾਹਰ ਨਹੀਂ ਕੱਢ ਰਹੇ। ਸੋ ਜੇ ਕੋਈ ਬਣਦੀ ਕਾਰਵਾਈ ਨਾ ਹੋਈ ਅਤੇ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਆਪਾਂ ਅੱਧੇ ਘੰਟੇ ਤੱਕ ਤਿਆਰ ਰਹੋ, ਜੋ ਸਾਰੇ ਜਾਣੇ, ਮੈਂ ਵੀ ਭਾਜੀ ਉਵੇਂ ਬੈਠਾ ਸੀਗਾ, ਤਿਆਰ ਹੁੰਦੇ ਹਾਂ। ਸੋ ਕਾਇਮ ਹੋ ਜਾਓ ਅਤੇ 4-4, 10-10 ਬੰਦੇ ਲੈ ਕੇ ਤੁਸੀਂ ਫਿਰ ਜਲੰਧਰ ਵੱਲ ਨਿਕਲ ਪੈਣਾ, ਕਿਉਂਕਿ ਆਪਾਂ ਇਹ ਬਦਮਾਸ਼ੀ ਬਿਲਕੁਲ ਨਹੀਂ ਚੱਲਣ ਦੇਣੀ। ਔਰ ਜਿਸ ਪ੍ਰਕਾਰ ਦੀਆਂ ਇਹ ਕੁਝੀਆਂ ਹਰਕਤਾਂ ਕਰ ਰਹੀ ਹੈ ਸਰਕਾਰ, ਇਹ ਕੰਮ ਨਹੀਂ ਚੱਲਣਾ। ਇਹਨਾਂ ਦੇ MLA ਦਾ ਕੀ ਮਤਲਬ ਅੱਜ ਸ਼ਾਹਕੋਟ ਦੇ ਵਿੱਚ ਘੁੰਮਣ ਦਾ, ਬਾਹਰਲਾ MLA? ਸੋ ਸ਼ਿਕਾਇਤ ਮੇਰਾ ਖਿਆਲ ਦਰਜ ਹੋ ਗਈ ਹੈ, ਵੇਖਦੇ ਹਾਂ ਪੁਲਿਸ ਕੀ ਕਾਰਵਾਈ ਕਰਦੀ ਹੈ, ਅਤੇ ਤਿਆਰ ਰਿਹੋ ਜੋ ਅਤੇ ਅੱਧੇ ਘੰਟੇ ਦੇ ਵਿੱਚ ਫਿਰ ਤੁਹਾਨੂੰ ਦੁਬਾਰੇ ਸੁਨੇਹਾ ਲਾਉਣੇ ਆ ਮੇਰਾ ਵੀਰ, ਸਾਰੇ ਜ਼ਿਲ੍ਹੇ ਪ੍ਰਧਾਨਾਂ ਨੂੰ, ਸਾਰੇ ਜਿਹੜੇ ਸਾਬਕਾ MLA ਸਾਹਿਬਾਨਾਂ ਨੂੰ, ਅਤੇ ਜਲੰਧਰ ਵਾਲੇ ਨਹੀਂ, ਜਲੰਧਰ ਵਾਲੇ ਆਪਦੇ ਕੰਮਾਂ 'ਤੇ ਲੱਗੇ ਰਹੋ, ਜਲੰਧਰ ਵਾਲੇ ਕਿਸੇ ਵਿਅਕਤੀ ਨੂੰ ਵੀ ਉੱਥੇ ਆਉਣ ਦੀ ਲੋੜ ਨਹੀਂ ਹੈ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਾਰੇ ਜਣੇ ਤਿਆਰ ਰਿਹੋ ਜੋ, ਔਰ ਲਾਡੀ ਸ਼ੇਰੋਵਾਲੀਆ ਸਾਹਿਬ ਤੁਹਾਨੂੰ ਵਧਾਈ ਦੇਣਾ ਚਾਹੁੰਦਾ, ਔਰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਲੋਕਲ ਜਿਹੜੇ ਆਪਣੇ ਜਲੰਧਰ ਦੇ ਵਿੱਚ ਲੋਕ ਆਪਣੇ ਬੈਠੇ ਹੈ, ਜਿਹੜੇ ਬੂਥਾਂ 'ਤੇ ਬੈਠੇ ਹੈ, ਜਿਹੜਾ ਵੀ ਇਹਨਾਂ ਦਾ MLA ਆਉਂਦਾ ਉਹਦੀ ਕਾਇੰਡਲੀ ਕਿਰਪਾ ਕਰਕੇ ਉਹਦੀ ਕਾਨੂੰਨ ਨੂੰ ਆਪਦੇ ਹੱਥ 'ਚ ਲੈਣ ਦੀ ਲੋੜ ਨਹੀਂ, ਲੇਕਿਨ ਉਹਦੀ ਅੱਗੇ ਗੱਡੀ ਦੇ ਖੜ੍ਹੇ ਹੋ ਕੇ ਉਹਦੀ ਵੀਡੀਓ ਬਣਾਓ ਅਤੇ ਉਹਦੀ ਸਾਰੀ ਵੀਡੀਓ ਬਣਾ ਕੇ ਲਾਈਵ ਹੋ ਜਾਓ ਤਾਂ ਜੋ ਉਹਦੇ 'ਤੇ ਬਣਦੀ ਕਾਰਵਾਈ ਆਪਾਂ ਕਰਾ ਸਕੀਏ। ਬਹੁਤ ਬਹੁਤ ਤੁਹਾਡਾ ਧੰਨਵਾਦ, ਤਕੜੇ ਰਹੋ, ਚੁਣਾਵ ਆਪਾਂ ਜਿੱਤ ਚੁੱਕੇ ਹਾਂ, ਹੁਣ ਮਾਰਜਨ ਵਧਣਾ ਬਾਕੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਕਿ ਇਹ ਚੁਣਾਵ ਨੇ ਇੱਕ ਵੱਡੀ ਫਤਿਹ ਬਖਸ਼ਣੀ ਹੈ ਕਾਂਗਰਸ ਪਾਰਟੀ ਨੂੰ, ਔਰ ਦਿਸ਼ਾ ਅਤੇ ਦਸ਼ਾ ਪੰਜਾਬ ਦੀ ਚੇਂਜ ਬਦਲਣੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਡਟੇ ਰਹੋ ਜਲੰਧਰ ਵਾਸੀਓ, ਔਰ ਕੋਸ਼ਿਸ਼ ਕਰੋ ਪੋਲਿੰਗ ਵੱਧ ਤੋਂ ਵੱਧ ਹੋ ਸਕੇ, ਜਿੰਨੀ ਘਰਾਂ 'ਚੋਂ ਲੋਕਾਂ ਨੂੰ ਕੱਢ ਕੇ ਲਿਆ ਕੇ ਆਪਾਂ ਪੋਲਿੰਗ ਕਰਾ ਲਾਂਗੇ ਉਹ ਸਾਡੇ ਵਾਸਤੇ ਬਿਹਤਰੀਨ ਹੋਵੇਗੀ। ਧੰਨਵਾਦ ਜੀ, ਜਿਉਂਦੇ ਰਹੋ, ਅਤੇ ਜੇ ਕੋਈ MLA ਮਿਲਦਾ ਜਾਂ ਬਾਹਰਲਾ ਸੱਜਣ ਮਿਲਦਾ ਉਹਦੀ ਵੀਡੀਓ ਬਣਾ ਕੇ ਲਾਈਵ ਹੋ ਜਾਓ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ।